ਉਹ ਸਾਡੇ ਪਿੰਡ ਦੀ ਜਗਾ ਪੈਲੀ ਦੇ ਵਿੱਚ ਮਤਲਬ ਇਹ ਜਗਾ ਹੀ ਬਾਬੇ ਪੂਰੇ ਵਾਲੇ ਦੀ ਇਹ ਮਾੜੋ ਤੇ ਮਾਹੀ ਜਗਾ بڑا ਮੇਲਾ ਮੈਂ ਪਹਿਲਵਾਨ ਸਾਰੇ ਮੇਲਾ ਸੰਖਤਰਾ ਲੱਗਦਾ ਹੁੰਦਾ ਸੀ ਬਾਬੇ ਪੂਰੇ ਦਾ ਜਾਂ ਜਾਂਦੇ ਉੱਥੇ ਜਾਂਦੇ ਰਹੇ ਅੱਛਾ ਨੇੜੇ ਸੀ ਪਿੰਡ ਨੇੜੇ ਬਹੁਤ ਨੇੜੇ ਸੀ ਅਸਲਾਮੁਅਲੈਕਮ ਦੋਸਤੋ ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਇਸ ਵੇਲੇ ਮੈਂ ਮੌਜੂਦ ਹਾਂ ਕਸਬਾ ਸੰਖਤਰਾ ਜਿਹੜਾ ਕਿ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ 'ਚ ਸ਼ਾਮਿਲ ਹੈ ਇਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਦਰਬਾਰ ਹਜ਼ਰਤ ਬਾਬਾ ਪੀਰ ਸੰਕਤਰਾ ਅਲ ਮਰੂਫ ਪੂਰੇ ਵਾਲੀ ਸਰਕਾਰ ਇਹ ਇਸ ਇਲਾਕੇ ਦਾ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਇੱਥੇ ਇਹ ਪਾਕਿਸਤਾਨ ਤੇ ਹਿੰਦੁਸਤਾਨ ਦੇ ਵੰਡ ਤੋਂ ਪਹਿਲੇ ਦਾ ਦਰਬਾਰ ਹੈ ਔਰ ਇਹ ਜਿਹੜਾ ਸੰਕਤਰਾ ਪਿੰਡ ਹੈ ਜਿੱਥੇ ਕਿ ਜ਼ਿਆਦਾ ਆਬਾਦੀ 1947 ਤੋਂ ਪਹਿਲਾਂ ਹਿੰਦੂ மத ਤੇ ਜੈਨ மத ਦੇ ਜਿਹੜੇ پیرੋਕਾਰ ਨੇ ਉਹ ਲੋਕ ਰਹਿੰਦੇ ਹੁੰਦੇ ਸਨ ਤੇ ਮੁਸਲਮਾਨ ਕੀ ਤੇ ਗੈਰ ਮੁਸਲਮ ਕੀ ਸਾਰੇ ਇਸ ਮੇਲੇ ਤੇ ਆ ਕੇ ਤੇ ਇੱਥੇ ਇੰਜੋਏ ਕਰਦੇ ਹੁੰਦੇ ਸਨ ਅੱਜ ਵੀ ਬਹੁਤ ਸਾਰੇ ਦੋਸਤ ਜਿਹੜੇ ਇੱਥੋਂ ਚਲੇ ਗਏ ਨੇ 1947 ਤੋਂ ਵੰਡ ਦੇ ਦੌਰਾਨ ਚਲੇ ਗਏ ਸਨ ਉਹ ਬਜ਼ੁਰਗ ਅਸਲੇ ਚੜ੍ਹਦੇ ਪੰਜਾਬ 'ਚ ਬੈਠੇ ਨੇ ਔਰ ਉਹਨਾਂ ਅਕਸਰ ਇਹ ਜ਼ਿਕਰ ਕੀਤਾ ਹੈ ਇਹ ਪੂਰੇ ਵਾਲੀ ਸਰਕਾਰ ਦਾ ਉਹ ਉਹਨਾਂ ਬਜ਼ੁਰਗਾਂ ਨੇ ਕਿਹਾ ਕਿ ਅਸੀਂ ਛੋਟੇ ਹੁੰਦੇ ਸਾਂ ਤੇ ਅਸੀਂ ਮੇਲੇ ਤੇ ਜਾਂਦੇ ਹੁੰਦੇ ਸਾਂ ਇਸ ਦਰਬਾਰ ਦੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਭਾਰਤੀ ਅਦਾਕਾਰ ਰਜਿੰਦਰ ਕੁਮਾਰ ਜਿਹੜੇ ਕਿ ਇਸੇ ਪਿੰਡ 'ਚ ਪੈਦਾ ਹੋਏ ਸਨ ਸੰਖਤਰੇ ਦੇ ਵਿੱਚ ਉਹ ਆਪਣਾ ਅਬਾਈ ਘਰ ਵੇਖਣ ਆਏ ਤੇ ਉਸ ਤੋਂ ਬਾਅਦ ਉਹ ਫਿਰ ਸਪੈਸ਼ਲ ਦਰਬਾਰ ਤੇ ਵੀ ਆਏ ਇੱਥੇ ਆ ਕੇ ਉਹਨਾਂ ਚਾਦਰ ਚਾੜੀ ਤੇ ਬਤਾਇਆ ਗਿਆ ਕਿ ਅਦਾਕਾਰ ਮੁਹੰਮਦ ਅਲੀ ਉਹਨਾਂ ਦੇ ਨਾਲ ਸਨ ਤੇ ਇਹ ਉਹਨਾਂ ਦੀ ਵੀ ਇੱਥੇ ਜਿਹੜੀਆਂ ਨੇ ਯਾਦਾਂ ਨੇ ਕਿਉਂਕਿ ਰਜਿੰਦਰ ਕੁਮਾਰ ਉਰੂਵੀ ਜਦੋਂ ਛੋਟੇ ਹੁੰਦੇ ਸਨ ਤੇ ਆਫਕੋਰਸ ਦੂਜਿਆਂ ਬੱਚਿਆਂ ਤਰ੍ਹਾਂ ਉਹ ਵੀ ਇਸ ਇੱਥੇ ਮੇਲੇ ਤੇ ਆ ਕੇ ਇੰਜੋਏ ਕਰਦੇ ਹੁੰਦੇ ਸਨ ਤੇ ਤਸ਼ਰੀਫ ਲਿਆਏ ਸਨ ਤੇ ਉਹਨਾਂ ਨੇ ਆਪਣਾ ਘਰ ਵੀ ਸਨ ਘਤਰਿਆ ਵਾਲਾ ਵੇਖਿਆ ਤੇ ਇਹ ਦਰਬਾਰ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪਾਬਾ ਪੂਰੇ ਵਾਲੀ ਸਰਕਾਰ ਉਹ ਇੱਥੇ ਵੀ ਆਏ ਸਨ ਤੇ ਇਹਦਾ ਜਨਾਬ ਇਹ ਤੁਹਾਨੂੰ ਵਿਊ ਬਹਾਲ ਦੇ ਨੇ ਥੋੜਾ ਜਿਹਾ ਇਹ ਸਾਰਾ ਏਰੀਆ ਜਿਹੜਾ ਨਾ ਇੱਥੇ ਲੱਗਦਾ ਹੁੰਦਾ ਸੀ ਲੱਗਦਾ ਮੇਲਾ ਹਲੇ ਵੀ ਲੱਗਦਾ ਸਿਆਲ ਚ ਲੱਗਦਾ ਹੁੰਦਾ ਜਿਹੜਾ ਨਵੰਬਰ ਦੇ ਵਿੱਚ ਤਕਰੀਬਨ ਤੇ ਇਹ ਜਨਾਲ ਤੁਸੀਂ ਦੇਖੋ ਇਹ ਏਰੀਆ ਹੈ ਇਹ ਬਾਬੇ ਦੇ ਇਹ ਇਹ ਸਾਰੀ ਜਗ੍ਹਾ ਜਿਹੜੀ ਹੈ ਨਾ ਇਹ ਦਰਬਾਰ ਦੀ ਹੈ ਔਰ ਇੱਥੇ ਕੋਈ ਕਾਸ਼ਤ ਵਗੈਰਾ ਨਹੀਂ ਹੁੰਦੀ ਲਿਹਾਜ਼ਾ ਇਹ ਸਾਰਾ ਇੱਥੇ ਮੇਲੇ ਤੇ ਇਹ ਜਨਾਬ ਤੁਹਾਨੂੰ ਹਲੇ ਭਾਣਾ ਕਿ ਮੇਲੇ ਦੇ ਜਿਹੜੇ ਨਿਸ਼ਾਨਾਤ ਨੇ ਨਾ ਇਹ ਕੋ ਪੱਟੀਆਂ ਬਣੀਆਂ ਆ ਇਹ ਪੱਟੀਆਂ ਬਣੀਆਂ ਨੇ ਜਿੱਥੇ ਲੋਕੀ ਕੋ ਪਘੋੜੇ ਤੇ ਮਠਾਈਆਂ ਵਗੈਰਾ ਇੱਥੇ ਸਟਾਲ ਲੱਗਦੇ ਹੁੰਦੇ ਨੇ ਇਹ ਦੇਖੋ ਸਾਰੇ ਚੁੱਲ੍ਹੇ ਬਨੇ ਨੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਏਰੀਆ ਜਿਹੜਾ ਨਾ ਇੱਥੇ ਮੇਲੇ ਤੇ ਕੁਝ ਬਜ਼ੁਰਗਾਂ ਨੇ ਦੱਸਿਆ ਪੁਰਾਣੇ ਨੇ ਕਿ ਇੱਥੇ ਬਾਕਾਇਦਾ ਬੜੀ ਬੜੀ ਜ਼ਬਰਦਸਤ ਕੋੜ-ਟੋੜ ਹੁੰਦੀ ਹੁੰਦੀ ਸੀ ਇਸ ਤਰ੍ਹਾਂ ਦੇ ਮੁਕਾਬਲੇ ਉਦੋਂ ਹੁੰਦੇ ਨੇ ਸਨ ਪਹਿਲਾਂ ਹੁਣ ਤਾਂ ਖੈਰ ਸਿਰਫ ਇੱਥੇ ਪਕੂੜੇ ਲਾਗਦੇ ਨੇ ਤੇ ਜਲੇਬੀਆਂ ਮਠਿਆਈਆਂ ਜਾਂ ਬਰਤਨ ਜਿਹੜੇ ਨੇ ਮਿੱਟੀ ਦੇ ਜਾਂ ਦੂਸਰੇ ਕੱਚ ਦੇ ਉਹ ਇੱਥੇ ਵਿਕਦੇ ਨੇ ਜ਼ਿਆਦਾ ਲੇਕਿਨ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਬਾਕਾਇਦਾ ਮੁਕਾਬਲੇ ਔਰ ਕਬੱਡੀਆਂ ਤੇ ਬੜਾ ਬੜਾ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਸਨ ਤੇ ਐ ਜਨਾਬ ਤੁਹਾਨੂੰ ਥੋੜਾ ਜਿਹਾ ਮੈਂ ਵਿਊ ਬਹਾਲਣਾ ਦਰਬਾਰ ਦੇ ਅੰਦਰੋਂ ਵੀ ਐਪ ਲੈ ਕੇ ਤੁਹਾਨੂੰ ਮੈਂ ਸਾਈਡ ਤੋਂ ਬਹਾਲਣਾ ਤੇ ਐ ਜਨਾਬ ਇਹਦਾ ਦਰਬਾਰ ਹੈ ਅੰਦਰ ਪੂਰੇ ਵਾਲੀ ਸਰਕਾਰ ਐ ਜਨਾਬ ਦੇਖੋ ਐ ਸੇਰੇ ਲੱਗੇ ਨੇ ਇੱਥੇ ਅੰਦਰ ਚੱਲਨੇ ਆ ਐ ਜਨਾਬ ਆਹ ਛੱਤ ਤੇ ਐ ਬਾਬਾ ਜੀ ਦੀ ਕਬਰ ਹੈਗੀ ਐ ਤੇ ਇਹ ਉੱਤੇ ਲਿਖਿਆ ਹੈ ਤੁਹਾਨੂੰ ਮੈਂ ਪੜ੍ਹ ਕੇ ਦੱਸਣਾ ਜੀ حضرت ਬਾਬਾ ਜੀ ਸੰਖਤਰਾ ਪੀਰ ਅਲਮਾਰੂ ਪੂਰੇ ਵਾਲੀ ਸਰਕਾਰ ਸਲਾਨਾ ਉਰਸ ਮੁਬਾਰਕ 5 ਨਵੰਬਰ 5 ਨਵੰਬਰ ਨੂੰ ਹੁੰਦਾ ਹੈ ਤੇ ਇਹ ਜਨਾਬ ਦੇਖੋ ਤੇ ਦੀਵੇ-ਸ਼ੀਬ ਵਾਲੀਆਂ ਚੀਜ਼ਾਂ ਪਈਆਂ ਨੇ ਤੇ ਇਹੋ ਹੀ ਦਰਬਾਰ ਹੈ ਜਿੱਥੇ ਭਾਰਤੀ ਅਦਾਕਾਰ ਜਿੱਧਰ ਕੁਮਾਰ ਹੁਰੀ ਆਏ ਸਨ ਤੇ ਉਹਨਾਂ ਨੇ ਆ ਕੇ ਇੱਥੇ ਚਾਦਰ ਚਾੜੀ ਸੀ ਇਹ ਜਨਾਬ ਤੁਸੀਂ ਚੈੱਕ ਕਰ ਲਓ ਕੀ ਬਾਤ ਹੈ ਜੀ ਕਿ ਇਹੋ ਹੀ ਦਰਬਾਰ ਹੈ ਦੋਸਤੋ ਜਿੱਥੇ ਮੇਲਾ ਲੱਗਦਾ ਹੁੰਦਾ ਔਰ ਯਾਦਾਂ ਵਪਸਤਾਂ ਇੱਥੇ ਮੁਸਲਮਾਨ ਤੇ ਗੈਰ ਮੁਸਲਮ ਜਿੰਨੇ ਵੀ ਸਨ ਇਸ ਇਲਾਕੇ ਦੇ ਉਹਨਾਂ ਦੀਆਂ ਯਾਦਾਂ ਨੇ ਉਹ ਜਨਾਬ ਇੱਥੇ ਆ ਕੇ ਤੇ ਮੇਲੇ ਤੇ ਜਾਇਕਾ ਦੇ ਹੁੰਦੇ ਸਨ ਇਹ ਕੋਲ ਛੋਟੀ ਜੀ ਮਸਜਿਦ ਵੀ ਬਣੀ ਹੈ ਤੇ ਇਹ ਜਨਾਬ ਇੱਥੇ ਕੀ ਹੈਗਾ ਇਹ ਵੀ ਵੇਖ ਲੈਣੇ ਆ ਅੱਛਾ ਇਹ ਵੀ ਦਰਬਾਰ ਦੇ ਕੋਈ ਹੈਤਾ ਮੇਰੇ ਹਾਲ ਮੇਲੇ ਦੇ ਦੌਰਾਨ ਇਹ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਤੇ ਇਹ ਆ ਗਏ ਬੈਕ ਸਾਈਡ ਪਿਛਲੀ ਸਾਈਡ ਤਾਂ ਆ ਗਏ ਤੇ ਇਹ ਦੇਖੋ ਜੀ ਇਹ ਪਤਾ ਨਹੀਂ ਕੀ ਹੈਗਾ ਇਹ ਬੜੀ ਤਨਕਸ਼ਨਕਾਰੀ ਹੋਈ ਹੈ ਇਹ ਵੀ ਮੇਰੇ ਹਾਲ ਮੇਲੇ ਦੇ ਦੌਰਾਨ ਇੱਥੇ ਕੋਈ ਮੱਚ ਵਗੈਰਾ ਲੱਗਦੇ ਨੇ ਅਧਿਕ ਜਿਸ ਤਰ੍ਹਾਂ ਕਿ ਇੱਕ ਪੱਠੀ ਬਣੀ ਹੈ ਇੱਥੇ ਜਿਹੜੇ ਹੁੰਦੇ ਨੇ ਮਤਵੱਲੀ ਤੇ ਮਜੌਬਰ ਵਗੈਰਾ ਉਹ ਚਾਰ ਛੇਰੇ ਬਹਿ ਕੇ ਤੇ ਜਨਾਬ ਇੱਥੇ ਮੱਚ ਲਾਦਾ ਵੱਡਾ ਜਿਹਾ ਲੱਕੜਾ ਨਾ ਵਿੱਚ ਰੱਖੀ ਹੁੰਦੀ ਏ ਔਰ ਉਹ ਤੋਹਦੀ ਹੁੰਦੀ ਏ ਤੇ ਇਹ ਕੁਝ ਅਮਾਰਦਾ ਨੇ ਪਿੱਛੇ ਇੱਥੇ ਤੰਦੂਰ ਲੱਗਾ ਏ ਲੰਗਰ ਖਾਨੇ ਦਾ ਸਿਸਟਮ ਸਾਰਾ ਯਾਨੀ ਕਿ ਜਦੋਂ ਮੇਲਾ ਲੱਗਦਾ ਤੇ ਲੰਗਰ ਜਿਹੜਾ ਪੱਕਦਾ ਨਾ ਉਹ ਇਹ ਮੇਰਾ ਹਲੀ ਏਰੀਆ ਦੇਗਾ ਲੰਗਰ ਤੇ ਆ ਤੰਦੂਰ ਇਹ ਤੰਦੂਰ ਜਨਾਬ ਰੋਟੀਆਂ ਵਾਲਾ ਵਾਹ ਜੀ ਵਾਹ ਐਸੇ ਕਿ ਉਹ ਕਿ ਇੱਥੇ ਮੇਲਾ ਨਹੀਂ ਹੈਗਾ ਤੇ ਐ ਜਨਾਬ ਸਾਰਾ ਏਰੀਆ ਜਿਹੜਾ ਨਾ ਐ ਇੱਥੇ ਮੌਜੂਦ ਹੈ ਬਜ਼ੁਰਗਾਂ ਦੀਆਂ ਯਾਦਾਂ ਉਹ ਬਜ਼ੁਰਗ ਜਿਹੜੇ ਇਥੋਂ ਚਲੇ ਗਏ ਨੇ ਔਰ ਅੱਜ ਵੀ ਜ਼ਿੰਦਾ ਨੇ ਉਹ ਵੇਖ ਲੈਣਾ ਛੋਟੇ ਤੇ ਤਲਾਬ ਬਣਿਆ ਜੀ ਜਿਹੜੇ ਬਜ਼ੁਰਗ ਇਥੋਂ ਚਲੇ ਗਏ ਨੇ ਉਹ ਵੇਖ ਲੈਣਾ ਤੇ ਦੂਸਰਾ ਜਿਹੜਾ ਉਹਨਾਂ ਨੇ ਆਪਣੇ ਔਲਾਦ ਨੂੰ ਦੱਸਿਆ ਕਿ ਜੇ ਉੱਥੇ ਸੰਖਤਰੇ ਤੇ ਐ ਜਨਾਬ ਤੁਹਾਨੂੰ ਖੂਸੀ ਮਨਾਜ਼ਰ ਕਸਬਾ ਸਨ ਖਤਰਾ ਜ਼ਿਲ੍ਹਾ ਨਾਰੋਵਾਲ ਇਹ ਪਹਿਲਾਂ ਜ਼ਿਲ੍ਹਾ ਸਿਆਲਕੋਟ ਦਾ ਹਿੱਸਾ ਹੁੰਦਾ ਸੀ ਫਿਰ ਜਦੋਂ ਨਾਰੋਵਾਲ ਜ਼ਿਲ੍ਹਾ ਬਣਿਆ ਉਸ ਤੋਂ ਬਾਅਦ ਫਿਰ ਇਹ ਜ਼ਿਲ੍ਹਾ ਨਾਰੋਵਾਲ ਦਾ ਹੀ ਹਿੱਸਾ ਬਣ ਗਿਆ ਇਹ ਕੋਲ ਮਸਜਿਦ ਛੋਟੀ ਜੀ ਬਣੀ ਹੈ ਜੀ ਜਿਨੇ ਨਮਾਜ਼ ਪੜ੍ਹਣੀ ਉਹ ਨਮਾਜ਼ ਪੜ੍ਹ ਸਕਦਾ ਤੇ ਇਹ ਜਨਾਬ ਚਾਰជ្រੇ ਬਜ਼ੁਰਗਾਂ ਦੀਆਂ ਯਾਦਾਂ ਗੋਕ ਮੇਲਾ ਤੇ ਅੱਜ ਵੀ ਲੱਗਦਾ ਹੈ ਯਾਨੀ ਕਿ ਇਸ ਦੌਰ ਦੇ ਵਿੱਚ ਵੀ ਲੱਗਦਾ ਹੈ ਲੇਕਿਨ ਜਿਹੜਾ ਮੇਲਾ ਪਹਿਲੇ ਲੱਗਦੇ ਹੁੰਦੇ ਸਨ ਕਿਉਂਕਿ ਉਹ ਤਫਰੀਦ ਦਾ ਜ਼ਰੀਆ ਹੀ ਇੱਕ ਮੇਲਾ ਹੁੰਦਾ ਹੁੰਦਾ ਸੀ ਤੇ ਬੜੇ ਬੜੇ ਫਨਕਾਰ ਹੁੰਦੇ ਹੁੰਦੇ ਸਨ ਮੇਲਿਆਂ ਦੇ ਮੰਡੀਆਂ ਲੱਗਦੀ ਹੁੰਦੀਆਂ ਸਨ ਖਰੀਦੋ-ਫੋਕਤ ਹੁੰਦੀਆਂ ਸੀ ਜਾਨਵਰਾਂ ਦੀ ਲੇਕਿਨ ਹੁਣ ਦੌਰ ਚੇਂਜ ਹੋ ਗਿਆ ਤੇ ਇਹ ਜਨਾਬ ਬਾਬਾ ਪੂਰੇ ਵਾਲੀ ਸਰਕਾਰ ਪੀਰ ਸੰਕਤਰਾ ਪੀਰ ਜੀ ਇਹ ਉਹਨਾਂ ਦਾ ਦਰਬਾਰ ਤੁਹਾਨੂੰ ਵਖਾਲਿਆ ਇਸ ਵੀਡੀਓ ਚ ਜਿੱਥੇ ਰਜਿੰਦਰ ਕੁਮਾਰ ਹੁਰੀ ਵੀ ਸਪੈਸ਼ਲ ਇੰਡੀਆ ਤੋਂ ਆਪਣਾ ਕਾਰ ਵੇਖਣ ਇੱਥੇ ਆਇਸਨ ਐ ਤੇ ਇਹ ਨਾਲ ਬੇਲਾ ਨ ਸੰਖਤਰਾ ਫੋਕਸ ਬਾਇਗ ਹੈ ਕਿਹਾ ਜਾਂਦਾ ਇੱਥੇ ਬਹੁਤ ਵੱਡੇ ਜਿਹੜੇ ਬਾਗਾਂਤ ਹੁੰਦੇ ਸਨ ਖਾਸ ਹੋ ਤੇ ਸੰਖਤਰੇ ਦੇ ਬੇਰ ਬਹੁਤ ਮਸ਼ਹੂਰ ਹੁੰਦਾ ਬੇਰੀਆਂ ਦੇ ਬਾਗ ਬੜੇ ਹੁੰਦੇ ਸਨ ਤੇ ਸੰਖਤਰੇ ਦੇ ਬੇਰ ਬੜੇ ਮਸ਼ਹੂਰ ਹੁੰਦੇ ਸਨ ਤੇ ਇਹ ਇੱਥੇ ਜਨਾਬ ਜਨਮ ਹੋਇਆ ਰਜਿੰਦਰ ਕੁਮਾਰ ਹੋਂ ਦਾ ਉਹਨਾਂ ਦੇ ਵਾਲਦ ਲੱਖੂ ਸ਼ਾਹ ਬਹੁਤ ਵੱਡੇ ਇੱਕ ਤਾਜਰ ਹੁੰਦੇ ਸਨ ਕੱਪੜੇ ਦਾ ਕਾਰੋਬਾਰ ਸੀ ਉਹਨਾਂ ਦਾ ਹਿੰਦੁਖਤਰੀ ਸੰਨ ਜੈਨ ਮੱਧ ਦੇ ਬਹੁਤ ਜ਼ਿਆਦਾ ਲੋਕ ਇੱਥੇ ਨੇ ਇੱਥੇ ਹਲੇ ਵੀ ਜੈਨ ਮੰਦਿਰ ਵੀ ਹੈਗਾ ਤੁਹਾਨੂੰ ਉਹ ਵੀ ਬੁਹਾਲਾਂਗੇ ਤੇ ਇਹ ਫਿਲਹਾਲ ਵੀਡੀਓ ਸੰਖਤਰੇ ਤੋਂ ਤੁਹਾਨੂੰ ਬੁਹਾਲੀ ਹੈ ਔਰਾਂ ਜੇ ਇਜਾਜ਼ਤ ਹੋ ਰਹਾ ਰੱਖਾ